ਤਾਂ ਫਿਰ ਉਹਦੀ ਬੇਬੇ ਪਤਾ ਉਹਨੂੰ ਕੀ ਕਹਿੰਦੀ, ਤੇਰਾ ਨਾਂ ਪਤਾ ਕੀ ਆ, ਫਿਰ ਤੂੰ ਸਿੱਧੂ ਮੂਸੇਵਾਲਾ ਕਿਉਂ ਕਹਾਉਣਾ ਆਪਦੇ ਆਪ ਨੂੰ, ਤੂੰ ਸਿੱਧੂ ਮੂਸੇਵਾਲਾ ਨਹੀਂ ਹੈਗਾ, ਤੇਰਾ ਕਿੱਡਾ ਵੱਡਾ ਨਾਂ ਆ, ਲੋਕ ਤਾਂ ਜਿਹੜੀ ਮਿੱਠ ਬੇਰੀ ਦੇ ਮਿੱਠੇ ਬੇਰ ਹੁੰਦੇ ਨੇ ਉਹ ਤਾਂ ਰੋੜੇ ਮਾਰਦੇ ਨੇਗੇ। ਅਸੀਂ ਕਰਦੇ ਕੋਈ ਮੇਕਅਪ ਨੀ ਜੀ ਕਰਦਾ, ਉਹ ਵੀ ਜੁਗਰੂ ਗੀਤ ਇੱਥੇ ਤਾਂ ਭੈਣ ਉਹ ਲਿਪਦੀ ਮਰ ਜਾਂਦੇ ਨੇ ਨਾ ਸਿੰਗਰ, ਕੋਈ ਮੰਨ ਕੇ ਚੱਲ ਉਹਨੇ ਕਦੇ ਮੇਕਅਪ ਨੀ ਸੀ ਕਰਿਆ। ਆਹ ਮੇਮੂ ਕੱਪ ਜੇ ਤੁਹਾਨੂੰ ਬਹੁਤ ਐਲਰਜੀ ਸੀ ਅਸੀਂ ਅਸੀਂ ਗੀਤਾਂ ਦੇ ਵੀਡੀਓ ਬਣਾਉਣ ਦਾ, ਥੱਲੇ ਮਿਲੀਅਨ ਮਿਲੀਅਨ ਕਮੈਂਟ ਆ ਜਾਂਦਾ। ਉਹੀ ਕੁੜਤਾ ਪਜਾਮਾ ਪਾ ਕੇ ਉਹ ਆ ਖੜ ਜਾ, ਉਹ ਰੋਟੀਆਂ ਖਾ ਕੇ ਚੱਲਦੇ ਆਪਾਂ ਕਰਦੇ ਹਾਂ ਸੀ ਨਾ, ਰੋਟੀਆਂ ਖਾ ਲਾਂ 10-12 ਰੋਟੀਆਂ ਪੜ ਦੇਣੀਆਂ ਉਹ ਯਾਰ। ਮੈਂ ਜੋਗਿੰਦਰ ਸਿੰਘ ਅਗਰਾਹਾਂ ਕੋਲੇ ਘਰੇ ਗਿਆ, ਮੈਂ ਕਿਹਾ ਮੂਸੇਵਾਲਾ ਆਪਣਾ ਧਰਨਿਆਂ 'ਤੇ ਆਇਆ ਕਰੂਗਾ, ਉਹ ਕਹਿੰਦਾ ਨਹੀਂ ਆਉਣਾ। ਜਦੋਂ ਲੋਕ ਉਹਨੂੰ ਬਾਹਰ ਐਵੇਂ ਬੋਲਦੇ ਮੇਰੇ ਵਾਂਗੂ ਵਿਰੁੱਧ ਬੋਲਦੇ ਹਨਾ, ਕਮੈਂਟਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ 'ਤੇ ਬੋਲਦੇ ਹਨਾ, ਜਿਵੇਂ ਹੁਣ ਜਿਹੜੇ ਲੋਕਾਂ ਨੇ ਬਾਅਦ 'ਚ ਪਖੰਡ ਕਰੇ, ਜਦੋਂ ਉਹ ਲੋਕ ਉਹਦੇ ਖਿਲਾਫ਼ ਬੋਲਦੇ। ਮੈਂ ਸਿੱਧੂ ਦੀ ਬੇਬੇ ਸਿੱਧੂ ਨੂੰ ਮੈਂ ਕਹਿੰਦੀ ਗੱਲ ਮੈਂ ਦੇਖੀ ਆ, ਸਿੱਧੂ ਗੱਲ ਕਦੇ ਬਾਈ ਕਈ ਵਾਰੀ ਨਾਰਾਜ਼ ਹੋ ਜਾਂਦਾ, ਮੈਨੂੰ ਐਵੇਂ ਲੋਕ ਕਿਉਂ ਬੋਲ ਰਹੇ ਨੇ, ਮੈਂ ਕਿਹੜਾ ਲੋਕਾਂ ਦਾ ਇੰਨਾ ਬੁਰਾ ਕਰਿਆ, ਮੈਂ ਕਰਨਾ ਕੁਛ ਹੋਰ ਚਾਹੁੰਦਾ। ਤਾਂ ਫਿਰ ਉਹਦੀ ਬੇਬੇ ਪਤਾ ਉਹਨੂੰ ਕੀ ਕਹਿੰਦੀ, ਤੇਰਾ ਨਾਂ ਪਤਾ ਕੀ ਹੈ, ਫਿਰ ਤੂੰ ਸਿੱਧੂ ਮੂਸੇਵਾਲਾ ਕਿਉਂ ਕਹਾਉਣਾ ਆਪਦੇ ਆਪ ਨੂੰ, ਤੂੰ ਸਿੱਧੂ ਮੂਸੇਵਾਲਾ ਨਹੀਂ ਹੈਗਾ, ਤੇਰਾ ਕਿੱਡਾ ਵੱਡਾ ਨਾਂ ਆ, ਲੋਕ ਤਾਂ ਜਿਹੜੀ ਮਿੱਠ ਬੇਰੀ ਦੇ ਮਿੱਠੇ ਬੇਰ ਹੁੰਦੇ ਨੇ ਉਹ ਤਾਂ ਰੋੜੇ ਮਾਰਦੀ ਨੇਗੇ, ਤੂੰ ਪੁੱਤ ਉਹ ਮਿੱਠੀ ਬਰੀਆਂ ਤੇਰੀ ਚੜ੍ਹਾਈ ਆ, ਤੂੰ ਸਿੱਧੂ ਮੂਸੇਵਾਲਾ ਨਹੀਂ ਹੈਗਾ, ਤਾਂ ਕਰਕੇ ਤੇਰੇ ਲੋਕ ਇਹ ਖਿਲਾਫ਼ ਬੋਲਦੇ ਨੇ। ਕੋਈ ਚੱਕਰ ਨਹੀਂ, ਬੋਲ ਲੈਂਦੇ ਥੋੜ੍ਹੇ ਲੋਕ ਨੇਗੇ, ਇਹ ਸਿੱਧੂ ਮੂਸੇਵਾਲ ਦੀ ਬੇਬੇ ਇਹ ਕਹਿੰਦੀ ਹੁੰਦੀ ਗੱਲ। ਹੁਣ ਮੇਰੀ ਤਾਂ ਬੇਬੇ ਵੀ ਨਹੀਂ ਹੈਗੀ ਮੇਰੇ ਕੋਲ, ਤਾਂ ਇਹ ਗੱਲ ਕਹਿਣ ਵਾਲੀ ਵਿਚਾਰੀ ਹੈ ਨਾ, ਇਹ ਗੱਲ ਆ ਵੀ ਇਹ ਗੱਲਾਂ ਲੋਕਾਂ ਦੀਆਂ ਗਲਤ ਗੱਲਾਂ ਨੇ। ਹਾਂ ਇੱਕ ਗੱਲ ਮੈਂ ਹੋਰ ਕਹਿਣਾ, ਜੇ ਮੈਂ ਕਿਤੇ ਗਲਤ ਤੁਹਾਨੂੰ ਦੇਖਦਾ ਵੀ ਆਹ ਗਲਤੀ ਆ ਬੰਦੇ ਦੀ, ਮੈਂ ਕਿਤੇ ਵੀ ਲੋਕਾਂ ਦਾ ਕੈਮਰੇ ਸਾਹਮਣੇ ਗੱਲ ਤੁਸੀਂ ਇੱਕ ਬੋਲਦੇ ਹੋ ਉਹਦੇ 20-20 ਸਵਾਲਾਂ ਦੇ ਜਵਾਬ ਨਿਕਲਦੇ ਨੇ। ਮੇਰੇ ਨਾਲ ਪਰਸਨਲੀ ਤੌਰ 'ਤੇ ਆ ਕੇ ਗੱਲਬਾਤ ਕਰਕੇ ਦੇਖੋ, ਮੈਨੂੰ ਮਿਲ ਕੇ ਦੇਖੋ, ਫਿਰ ਤੁਹਾਡੇ ਸਵਾਲਾਂ ਦੇ ਜਵਾਬ ਮਿਲਣਗੇ। ਮੈਂ ਗੀਤਾਂ ਦੀਆਂ ਵੀਡੀਓ ਬਣਾਈਆਂ, ਵੀਡੀਓ ਬਣਾਉਣ ਵੇਲੇ ਐਕਟਰ ਸਿੰਗਰ ਕੀ ਕਰਦੇ ਨੇ, ਖਾਸ ਕਰਕੇ ਸਿੰਗਰ ਨੇ ਕਿਸੇ ਨੇ ਵੀਡੀਓ ਸ਼ੂਟ ਕਰਨੀ ਹੈ ਗੀਤ ਦੀ, ਉਹਦੇ 'ਤੇ ਪਹਿਲਾਂ ਤਾਂ ਉਹ ਬੱਸ ਜੀ ਮੰਗਾਉਂਦੇ ਨੇ ਜਿਹਨੂੰ ਬੈਂਟੀ ਬੈਂਡ ਕਹਿੰਦੇ ਨੇ, ਫਿਰ ਮੇਕਅਪ ਵਾਲੇ ਬੁਲਾਉਂਦੇ ਨੇਗੇ। ਫਿਰ ਤੁਸੀਂ ਇਹ ਹਿਸਾਬ ਲਾ ਲਓ, ਇੱਕ ਗੀਤ ਸ਼ੂਟ ਕਰਨਾ ਹੁੰਦਾ, ਇੱਕ ਗੀਤ ਸ਼ੂਟ ਕਰਨ ਦੇ ਘੱਟੋ ਘੱਟ ਮਤਲਬ 500-1000 ਜਾਣਾ ਫਿਰਦਾ ਹੁੰਦਾ, ਕੋਈ ਕੈਮਰਾ 'ਚ ਕੀ ਫਿਰਦਾ, ਕੋਈ ਲੈਟਾਂ 'ਚ ਕੀ ਫਿਰਦਾ। ਅਸੀਂ 3-4 ਗੀਤਾਂ ਦੀ ਵੀਡੀਓ ਬਣਾਈਆਂ ਨੇਗੀਆਂ, ਡਾਕਟਰ ਦੀ ਹੋ ਗਈ, ਆਪਣਾ ਦੂਸਰੇ ਦੀ ਮੁੰਡਾ, ਕਈ ਗੀਤ ਨੇ ਜਿਹੜੇ ਹਵੇਲੀ ਸਿੱਧੂ ਐਂ ਖੜਾ ਆਪਣੇ ਸੀਨ 'ਚ ਕਰਦਾ, ਉਹ ਗੀਤਾਂ ਮੈਂ ਨਾਂ ਭੁੱਲ ਗਿਆ। 3-4 ਗੀਤਾਂ ਦੀ ਵੀਡੀਓ ਬਣਾਈਆਂ ਨੇ, ਅਸੀਂ ਕੈਮਰਾ ਚੱਕ ਲੈਂਦੇ, ਅਸੀਂ ਕਰਦੇ ਕੋਈ ਮੇਕਅਪ ਨਹੀਂ ਸੀ ਕਰਦਾ, ਉਹ ਵੀ ਜੁਗਰੂ ਗੀਤ ਇੱਥੇ ਤਾਂ ਭੈਣ ਉਹ ਲਿਪਦੀ ਮਰ ਜਾਂਦੇ ਨੇ ਨਾ ਸਿੰਗਰ, ਕੋਈ ਮੰਨ ਕੇ ਚੱਲ ਉਹਨੇ ਕਿਤੇ ਮੇਕਅਪ ਨਹੀਂ ਸੀ ਕਰਿਆ। ਆਹ ਮੇਕਅਪ ਤੋਂ ਉਹਨੂੰ ਬਹੁਤ ਐਲਰਜੀ ਸੀਗੀ, ਮੈਂ ਵੀ ਅੱਜ ਤੱਕ ਮੰਨ ਲੱਗਾ ਕਿਤੇ ਅੱਜ ਤੱਕ ਮੂੰਹ 'ਤੇ ਕੁਛ ਲਾਇਆ ਨਹੀਂ ਹੈਗਾ, ਐਵੇਂ ਜੇ ਕਰੂੰ ਹੈਣਾ। ਆਹ ਮੇਮੂ ਕੱਪ ਜੇ ਤੁਹਾਨੂੰ ਬਹੁਤ ਐਲਰਜੀ ਸੀਗੀ ਅਸੀਂ ਅਸੀਂ ਗੀਤਾਂ ਦੇ ਵੀਡੀਓ ਬਣਾਉਣ ਦਾ, ਥੱਲੇ ਮਿਲੀਅਨ ਮਿਲੀਅਨ ਕਮੈਂਟ ਆ ਜਾਂਦਾ, ਜਿੰਨਾ ਗੀਤਾਂ ਸਿੰਗਰਾਂ ਦੇ ਗੀਤਾਂ ਦੇ ਮੰਨ ਕੇ ਚੱਲ ਹੁਣ ਵੀ ਆਉਂਦੀ ਰਹਿਣਗੇ, ਉਹ ਜੱਟ ਮੁੱਕਿਆ ਨਹੀਂ, ਉਹ ਤਾਂ ਗੱਲ ਹੈ ਵੀ ਮੰਨ ਕੇ ਚੱਲ ਹੈ ਨਾ ਵੀ ਮਿਲੀਅਨ ਲੋਕ ਗੀਤਾਂ ਦੇ ਸਿੰਗਰਾਂ ਦੇ ਗੀਤਾਂ ਦੇ ਵਿਊ ਨਹੀਂ ਹੁੰਦੇ, ਉਹਦੇ ਮਿਲੀਅਨ ਕਮੈਂਟ ਹੋ ਜਾਂਦੇ ਸੀ ਹੈ ਨਾ, ਹੁਣ ਵੀ ਹੁੰਦੀ ਰਹਿਣਗੇ, ਇਹ ਫਰਕ ਸੀਗਾ। ਇਸ ਕਰਕੇ ਇਹ ਚੀਜ਼ਾਂ ਦੇਖੀਆਂ ਨੇਗੀਆਂ। ਉਹੀ ਕੁੜਤਾ ਪਜਾਮਾ ਪਾ ਕੇ ਉਹ ਆ ਖੜ ਜਾ, ਉਹ ਰੋਟੀਆਂ ਖਾ ਕੇ ਚੱਲਦੇ ਆਪਾਂ ਕਰਦੇ ਹਾਂ ਸੀ ਨਾ, ਰੋਟੀਆਂ ਖਾ ਲਾਂ 10-12 ਰੋਟੀਆਂ ਪੜ ਦੇਣੀਆਂ ਉਹ ਯਾਰ, ਬਸ ਦਾ ਬੇਸ ਹੁਣ ਸਮਝ 'ਚ ਆਉਣ ਵਾਲਾ ਬੰਦਾ ਨਹੀਂ ਸੀ, ਜਮਾਂ ਜਿਵੇਂ ਆਹੀ ਗੱਲ ਸੀਗੀ ਯਾਰ। ਬਈ ਕਿਸਾਨੀ ਦੇ ਨਾਲ ਬੜਾ ਜੁੜਿਆ ਹੋਇਆ ਸੀ, ਕਿਸਾਨੀ ਦੇ ਨਾਲ ਮੈਂ ਤੁਹਾਨੂੰ ਦੱਸਦਾ ਜੁੜਨ ਦੀ ਗੱਲ ਯਾਰ, ਮੈਂ ਤੈਨੂੰ ਗੱਲ ਦੱਸਾਂ, ਮੈਨੂੰ ਇਹ ਗੱਲ ਦਾ ਦੱਸਦਾ ਦੁੱਖ ਵੀ ਆਉਂਦਾ ਹੈ ਨਾ, ਜਦੋਂ ਸਾਡੇ ਵਰਗੇ ਨੌਜਵਾਨ ਪੰਜਾਬ ਦੀ ਉੱਠ ਕੇ ਗੱਲ ਕਰਦੇ ਨੇਗੇ। ਹੁਣ ਕਿਸਾਨੀ ਅੰਦੋਲਨ ਤੈਨੂੰ ਮੈਂ ਗੱਲ ਦੱਸਦਾ, ਮੈਂ ਤਾਂ ਚਲੋ ਆਹ ਅੰਦੋਲਨ ਚੱਲਿਆ ਕਿਤੇ ਪਹਿਲਾਂ ਦਾ ਸਾਡੇ ਆਪਦੀ ਕਿਸਾਨੀ ਦਾ ਝੰਡਾ ਚੱਕਿਆ ਹੋਇਆ, ਉਹਨੂੰ ਬੰਦੇ ਨੂੰ ਇਹ ਗੱਲਾਂ ਦਾ ਪਤਾ ਸੀਗਾ, ਉਹਨੂੰ ਮੇਰੇ ਦਾਦੇ ਬਾਰੇ ਹੀ ਪਤਾ ਸੀਗਾ ਵੀ ਤੇਰਾ ਦਾਦਾ ਹੈ ਕਿਸਾਨਾਂ ਦੀ ਸੇਵਾ ਕਰੀ। ਜਦੋਂ ਅੰਦੋਲਨ ਚੱਲਿਆ ਉਹ ਬੰਦੇ ਨੇ ਮੈਨੂੰ ਇਹ ਗੱਲ ਕਹੀ, ਕਹਿੰਦਾ ਆਪਾਂ ਚੱਲਦੇ ਹਾਂ, ਕਈ ਕਿਸਾਨ ਆਗੂ ਨੇ ਨਹੀਂ ਧਰਨੇ 'ਤੇ ਆਉਣ ਦਿੱਤਾ ਪਹਿਲਾਂ ਉਹਨੂੰ, ਜੇ ਕਿਸੇ ਨੂੰ ਕਹੀਦਾ ਪ੍ਰੂਫ ਵੀ ਆ ਮੈਂ ਇਹ ਗੱਲ ਕਹਿ ਦੂੰਗਾ। ਮੈਂ ਜੋਗਿੰਦਰ ਸਿੰਘ ਅਗਰਾਹਾਂ ਕੋਲੇ ਘਰੇ ਗਿਆ, ਮੈਂ ਕਿਹਾ ਮੂਸੇਵਾਲਾ ਆਪਣਾ ਧਰਨੇ 'ਤੇ ਆਇਆ ਕਰੂਗਾ, ਉਹ ਕਹਿੰਦਾ ਨਹੀਂ ਆਉਣ ਦੇਣਾ। ਇਸ ਕਰਕੇ ਚਲੋ ਅਗਰਾਹਾਂ ਸਾਹਿਬ ਦਾ ਅਸੀਂ ਸਤਿਕਾਰ ਕਰਦੇ ਹਾਂ ਵੀ, ਪਰ ਚਲੋ ਉਹਨੇ ਪੰਜਾਬ ਦੀ ਲੜਾਈ ਲੜਿਆ, ਪਰ ਐਵੇਂ ਨਹੀਂ ਕਰਨਾ ਚਾਹੀਦਾ। ਜੇ ਕੋਈ ਉਦੋਂ ਆਉਂਦਾ ਚਾਹੁੰਦਾ ਸੀਗਾ, ਮੈਂ ਉਹਦੇ ਸਪੈਸ਼ਲ ਘਰੇ ਗਿਆ, 5 ਵਜੇ ਉੱਠ ਕੇ 6 ਵਜੇ ਨੂੰ ਉਹਦੇ ਪਹੁੰਚ ਗਿਆ ਸੀਗਾ, ਉਹਨਾਂ ਨੇ ਕਹਿੰਦਾ ਧਰਨੇ 'ਤੇ ਨਹੀਂ ਆਉਣਾ ਚਾਹੀਦਾ ਮੂਸੇਵਾਲਾ। ਅਤੇ ਹੋਰ ਬੜੇ ਫਿਰ ਅਸੀਂ ਮਾਨਸਾ ਧਰਨਾ ਲਾਇਆ, ਫਿਰ ਜਿੱਥੇ ਵੀ ਮੈਂ ਕਿਹਾ ਮੇਰੇ ਨਾਲ ਟਰਾਲੀਆਂ 'ਚ ਰਾਤਾਂ ਕੱਟ ਕੇ ਆਉਂਦਾ ਰਿਹਾ, ਆਪਣਾ ਤਾਂ ਭਰਾ ਰਿਹਾ ਇਸ ਕਰਕੇ ਹੈ ਨਾ ਇਹ ਗੱਲ।